ਰਾਮ ਸਰੂਪਨ ਖੀ ਦੀ ਕਹਾਣੀ ਮੇਰਾ ਗੁਨਾਹ ਮੇਰਾ ਵਿਆਹ ਹੋਏ ਨੂੰ 9 ਸਾਲ ਹੋ ਚੁੱਕੇ ਹਨ ਵਿਆਹ ਤੋਂ ਪਿਛੋਂ ਮੈਂ ਕਿਤੀ ਜੀ ਵਾਰ ਨਾਨਕੇ ਆਈਆਂ ਇਸ ਵਾਰ ਹੀ ਆਈਆਂ ਕਿਉਂਕਿ ਮੇਰੀ ਨਾਨੀ ਸਖਤ ਬਿਮਾਰ ਹੈ ਬਿਮਾਰ ਕੀ ਬਸ ਮਰਨ ਕਿਨਾਰੇ ਹੈ ਆਈਆਂ ਕਿ ਉਹਦਾ ਆਖਰੀ ਵਾਰ ਦਾ ਮੂੰਹ ਵੇਖ ਜਾਵਾਂ ਉਹਦਾ ਮੂੰਹ ਮੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਹੈ ਇਸ ਤੋਂ ਪਹਿਲਾਂ ਮੈਂ ਉਦੋਂ ਆਈ ਸੀ ਜਦੋਂ ਮੇਰੀ ਗੋਦੀ ਪਹਿਲਾ ਮੁੰਡਾ ਸੀ ਤੇ ਉਸ ਤੋਂ ਪਹਿਲਾਂ ਉਦੋਂ ਜਦੋਂ ਮੈਂ ਮੁਕਲਾਵੇ ਜਾਈ ਸੀ ਉਦੋਂ ਮੇਰਾ ਵੱਡਾ ਮਾਮਾ ਕਿਸੇ ਕੰਮ ਸਾਡੇ ਪਿੰਡ ਗਿਆ ਸੀ ਤੇ ਮੁੱਲੂ-ਮੁੱਲੀ ਮੈਨੂੰ ਇੱਥੇ ਲੈ ਆਇਆ ਸੀ ਮੁਕਲਾਵੇ ਜਾ ਕੇ ਆਉਣ ਪਿੱਛੋਂ ਮੇਰੇ ਉੱਤੇ ਕੋਈ ਹੁਸਨ ਸੀ ਹਾ ਰੰਗ ਮੇਰਾ ਲਸ-ਲਸ ਕਰਦਾ ਸੀ ਲਾਲੀ ਉਦੋਂ 10ਵੀਂ ਜਮਾਤ ਪਾਸ ਕਰਕੇ ਕਿਸੇ ਸ਼ਹਿਰ ਦੇ ਕਾਲਜ ਚ ਪੜਨ ਜਾਣ ਲੱਗਿਆ ਸੀ ਦੂਜੀ ਵਾਰ ਜਦ ਮੈਂ ਮੁੰਡਾ ਲੈ ਕੇ ਆਈ ਸੀ ਉਦੋਂ ਵੀ ਉਹ ਪਿੰਡ ਨਹੀਂ ਸੀ ਮੈਂ ਕਿਸੇ ਤੋਂ ਖਾਸ ਤੌਰ ਤੇ ਤਾਂ ਹੀ ਨਹੀਂ ਪੁੱਛਿਆ ਗੱਲੀ-ਗੱਲੀ ਇਹ ਮੈਨੂੰ ਪਤਾ ਲੱਗਿਆ ਸੀ ਵੀ ਉਹ ਜੇ ਕਾਲਜ 'ਚ ਪੜਦਾ ਹੈ ਐਤਕੀ ਐਨੇ ਸਾਲਾਂ ਬਾਅਦ ਆਈਆਂ ਤਾਂ ਮੇਰੇ ਮਨ 'ਚ ਇੱਕ ਮਿੱਠਾ-ਮਿੱਠਾ ਜਿਹਾ ਅਹਿਸਾਸ ਸ਼ੁਰੂ ਹੋ ਗਿਆ ਇਹ ਅਹਿਸਾਸ ਹੁੰਦਾ ਹੈ ਉਹਦੇ ਪਿੰਡ ਆ ਕੇ ਜਦ ਮੈਨੂੰ ਆਪਣੀ ਚੜ੍ਹਦੀ ਜਵਾਨੀ ਯਾਦ ਆਉਂਦੀ ਹੈ ਉਹਦੇ ਪਿੰਡ ਆ ਕੇ ਜਦ ਮੈਨੂੰ ਉਹਦੀਆਂ ਗੱਲਾਂ ਯਾਦ ਆਉਂਦੀਆਂ ਤਾਂ ਮੇਰੇ ਦਿਲ ਨੂੰ ਇੱਕ ਜਫਾ ਜਿਹਾ ਵੱਜ ਜਾਂਦਾ ਹੈ ਮੇਰੀਆਂ ਸਾਰੀਆਂ ਸੋਚਾਂ ਖੜ ਜਾਂਦੀਆਂ ਮੇਰਾ ਧਿਆਨ ਇੱਕ ਨੁਕਤੇ ਉੱਤੇ ਠਹਿਰ ਜਾਂਦਾ ਹੈ ਮੈਨੂੰ ਪਤਾ ਲੱਗਿਆ ਉਹ ਬੀਏ ਕਰਕੇ ਕਿਸੇ ਸਰਕਾਰੀ ਨੌਕਰੀ ਉੱਤੇ ਨਹੀਂ ਸੀ ਗਿਆ। ਟਰੈਕਟਰ ਕਰਦਾ ਹੈ, ਵਾਹੀ ਕਰਾਉਂਦਾ ਹੈ। ਦੋ-ਤਿੰਨ ਸਾਲਾਂ ਤੋਂ ਪਿੰਡ ਦਾ ਸਰਪੰਚ ਵੀ ਹੈ ਤੇ ਪਿੰਡ 'ਚ ਬਹੁਤ ਮਾਨਤਾ ਆਣ ਹੈ। ਪਿੰਡ ਦਾ ਹਰ ਸਾਂਝਾ ਕੰਮ ਪੁੱਛ ਕੇ ਹੁੰਦਾ ਹੈ। ਵੱਡਾ ਭਰਾ ਜਿਹੜਾ ਅਨਪੜ ਹੈ ਤੇ ਇੱਕ ਸਿਰੀ ਵਾਹੀ ਦਾ ਕੰਮ ਤੋਰੀ ਜਾਂਦੇ ਆ। ਸੁਣਿਆ ਹੈ ਕਿ ਉਹ ਤਾਂ ਨਿਤ ਤਹਿਸੀਲ 'ਚ ਹੀ ਰਹਿੰਦਾ ਹੈ। ਨਿਤ ਥਾਣੇ ਵਿੱਚ ਹੀ ਰਹਿੰਦਾ ਲੋਕਾਂ ਦੇ ਨਿੱਕੇ-ਮੋਟੇ ਕੰਮ ਮੁਕਦੇ ਨੇ। ਕਦੇ ਕੋਈ ਲੈ ਗਿਆ, ਕਦੇ ਕੋਈ ਇਹ ਵਗਾਰ ਹੁਨੇ ਕਿੱਥੋਂ ਸੰਭਲੀ ਪੰਚਾਇਤ ਦਾ ਕੰਮ ਤਾਂ ਲੁੱੱਚੇ ਲਫੰਗਿਆਂ ਦੇ ਹੱਥ ਰਹਿ ਗਿਆ ਬਸ ਹੁਣ ਤਾਂ ਕਿਸੇ ਭਲੇ ਮਾਨਸ ਦਾ ਪੰਚਾਇਤ ਚ ਕੀ ਕੰਮ ਉਹਦੇ ਘਰ ਜਾਦਾਦ ਐਡੀ ਵੱਡੀ ਐ ਤੇ ਬੀ ਇਹ ਹੋ ਕੇ ਵੀ ਸਰਪੰਚੀ ਦਾ ਕੁੱਤਾ ਕੰਮ ਕਿਉਂ ਕਰਦਾ ਮੈਂ ਹੈਰਾਨ ਮੇਰੇ ਛੋਟੇ ਮਾਮੇ ਨਾਲ ਹੁਣ ਉਹਦੀ ਬਹੁਤ ਬਣਦੀ ਐ ਉਦੋਂ ਤਾਂ ਉਹ ਇਸ ਘਰ ਕਦੇ ਵੀ ਨਹੀਂ ਸੀ ਆਇਆ ਹੁਣ ਤਾਂ ਸੁਣਿਆ ਕਿ ਆਮ ਆਉਂਦਾ ਜਾਂਦਾ ਤਾਂ ਮੈਂ ਉਡੀਕ ਰਹੀਆਂ ਕਿ ਉਹ ਆਵੇ ਤੇ ਅਸੀਂ ਮਿਲੀਏ ਮਿਲੀਏ ਤਾਂ ਕਿਹੋ ਜੀਆਂ ਗੱਲਾਂ ਕਰੀਏ ਮੈਨੂੰ ਬੁਲਾਏਗਾ ਵੀ ਕਿ ਨਹੀਂ ਮੈਂ ਬੁਲਾ ਵੀ ਸਕਾਂਗੀ ਕਿ ਨਹੀਂ ਫਗਣ ਚੇਤ ਦੀ ਰੁੱਤ ਐ ਹਰਿਆਲੀ ਪੂਰੇ ਜੋਬਨ ਤੇ ਐ ਧਰਤੀ ਦੀ ਮਾਂਗ ਚ ਸੰਧੂਰ ਖੁੱਲ ਗਿਆ ਐ ਸੂਰਜ ਡੇਰੇ ਵਾਲੀ ਨਿੰਮ ਦੀ ਟੀਸੀ ਤੋਂ ਥੱਲੇ ਲਹਿ ਗਿਆ ਐ ਵੇੜੇ ਚ ਪੀੜੇ ਉੱਤੇ ਬੈਠੀ ਕਪਾਹ ਛੱਟੀ ਦੇ ਡੱਕੇ ਨਾਲ ਮੈਂ ਧਰਤੀ ਤੇ ਲਕੀਰਾਂ ਵਾ ਰਹੀਆਂ ਮੇਰੇ ਦੋਵੇਂ ਮੁੰਡੇ ਇੱਕ ਟੁੱਟੀ ਪੁਰਾਣੀ ਪੀਪੀ ਦਾ ਟਰੈਕਟਰ ਬਣਾ ਬਣਾ ਖੇਡ ਰਹੇ ਐ ਸੁਣਿਆ ਕਿ ਉਹ ਇੱਕ ਕਤਲ ਦੇ ਮਕਦਮੇ 'ਚ ਕਈ ਦਿਨਾਂ ਤੋਂ ਭੱਜਿਆ ਫਿਰਦਾ ਹੈ। ਇਸੇ ਕਰਕੇ ਸ਼ਾਇਦ ਉਹ ਮਾਮੀ ਕੋਲ ਨਹੀਂ ਆਇਆ। ਸੁਣਿਆ ਕਿ ਜਦ ਕਦੀ ਉਹ ਮਾਮੀ ਕੋਲ ਆਉਂਦਾ ਤਾਂ ਦੋਵੇਂ ਚਬਾਰੇ 'ਚ ਬੈਠ ਕੇ ਸ਼ਰਾਬ ਪੀਂਦੇ ਆ। ਇਹ ਵੀ ਸੁਣਿਆ ਕਿ ਮਾਮੇ ਤੋਂ ਬਿਨਾਂ ਉਹ ਪਿੰਡ 'ਚ ਹੋਰ ਕਿਸੇ ਨਾਲ ਸ਼ਰਾਬ ਨਹੀਂ ਪੀਂਦਾ। ਮਾਮਾ ਉਹਨੂੰ ਕਈ ਵਾਰ ਯਾਦ ਕਰਾ ਚੁੱਕੇ ਹੈ ਕਿ ਐਨੇ ਦਿਨ ਹੋ ਗਏ ਲਾਲੀ ਘਰ ਕਿਉਂ ਨਹੀਂ ਆਇਆ ਪਰ ਕਤਲ ਦੀ ਗੱਲ ਛੇੜ ਕਿਉਂ ਫਿਰ ਉਹ ਚੁੱਪ ਕਰ ਜਾਂਦਾ ਹੈ। ਵੇੜੇ ਝੂਟ ਕੇ ਮੈਂ ਸਬਤ ਅੰਦਰ ਆ ਜਾਣੀ ਆ। ਅੱਜ ਪਤਾ ਨਹੀਂ ਉਹਨੂੰ ਕਿਵੇਂ ਵੇਲ ਮਿਲ ਗਈ। ਉਹਨੇ ਦਿਨ ਢਲੇ ਬਾਰਮੂਰੇ ਖੜਕੇ ਛੋਟੇ ਮਾਮੇ ਨੂੰ ਹਾਕ ਮਾਰੀ ਐ ਤੇ ਫਿਰ ਅੰਦਰ ਲੰਘ ਕੇ ਵੇੜੇ ਚ ਆਖੜੋਤਾ। ਮੈਂ ਨਾਨੀ ਦਾ ਸਿਰ ਘੁੱਟ ਰਹੀ ਆਂ ਉਹ ਬੋਲੀ ਨਹੀਂ। ਉਹਨੂੰ ਹੁਣ ਸੁਰਤ ਘਟ ਹੈ। ਉਹਨੇ ਸ਼ਾਇਦ ਮੈਨੂੰ ਉਹਦੇ ਸਰਹਾਣੇ ਬੈਠੀ ਨੂੰ ਦੇਖ ਕੇ ਪਛਾਣਿਆ ਨਹੀਂ। ਉਹਨੇ ਪੈਰੀ ਵਾਪਸ ਮੁੜ ਗਿਆ। ਚੁਬਾਰੇ ਦੀਆਂ ਪੌੜੀਆਂ ਜਾ ਚੜਿਆ। ਚੁਬਾਰੇ 'ਚ ਹੋਰ ਕੋਈ ਨਹੀਂ ਐ ਉਹ ਕੱਲਾ ਹੀ ਬੈਠਾ ਹੈ। ਸ਼ਾਇਦ ਛੋਟੇ ਮਾਮੇ ਨੂੰ ਦੇਖ ਰਿਆ ਹੋਵੇ। ਉਦੀ ਸੂਰਤ ਨੂੰ ਦੇਖ ਕੇ ਮੈਨੂੰ ਤੜਤੜੀ ਜੀ ਛਿੜ ਪਈ ਐ ਇਹ ਉਹ ਲਾਲੀ ਐ ਜਿਹੜਾ ਅਜ ਤੋਂ 10 ਸਾਲ ਪਹਿਲਾਂ ਕੁਝ ਹੋਰ ਸੀ ਹੁਣ ਕੁਝ ਹੋ ਰਹੀ ਐ ਪੈਰਾਂ 'ਚ ਕਾਲੀ ਜੁੱਤੀ ਖੱਦਰ ਦਾ ਕੁੜਤਾ ਖੱਦਰ ਦਾ ਪਜਾਮਾ ਦਾੜ੍ਹੀ ਖੁੱਲੀ ਸਿਰ 'ਤੇ ਪੀਲੀ ਮੋਤੀਆ ਪੱਗ ਕਹਿ ਸਕਦਾ ਕੋਈ ਕਿ ਮੁੰਡਾ 14 ਜਮਾਤਾਂ ਪੜਿਆ ਹੋਇਆ ਛੋਟੀ ਮੰਮੀ ਚ ਬਾਰੇ ਚ ਲਸਣ ਦੀ ਅੰਗਣੀਆਂ ਲੈਣ ਗਈ ਐ ਤੇ ਉਹਨੂੰ ਕਹਿਆਈ ਐ ਵੀ ਉਹ ਇੱਥੇ ਬੈਠੇ ਮਾਮਾ ਹੋਣੇ ਕਿਧਰੋਂ ਆ ਜਾਂਦਾ ਨਾਨੀ ਦੀ ਅੱਖ ਲੱਗ ਗਈ ਐ ਜਾਉਣ ਦੀ ਯੁੱਟਪ ਹੋ ਗਈ ਐ ਮੈਂ ਉਸ ਦਾ ਸਿਰ ਘਟਣੋਂ हट ਗਈਆਂ ਉਹਦੇ ਸਹਰਾਣੀ ਮੈਂ ਬੈਠੀ ਰਹਿਣੀ ਆ ਆਪਣੇ ਗੋਡਿਆਂ ਉੱਤੇ ਆਪਣੀ ਸੱਜੀ ਬਾਹ ਬਿਚਾ ਲੈਣੀ ਆ ਤੇ ਫਿਰ ਬਾਹ ਉੱਤੇ ਆਪਣੀ ਅੱਖਾਂ ਮੁੱਧੀਆਂ ਮਾਰ ਲੈਣੀ ਆ ਵੱਡੀ ਮੰਮੀ ਦੇ ਜਦ ਦੂਜਾ ਜਵਾਬ ਹੋਣਾ ਸੀ ਉਦੋਂ ਉਦੋਂ ਵੱਡਾ ਮਾਮਾ ਮੈਨੂੰ ਜਾ ਕੇ ਲੈ ਆਇਆ ਸੀ 8-9 ਮਹੀਨੇ ਰਹੀ ਸੀ ਮੈਂ ਇੱਥੇ 10 ਸਾਲ ਹੋ ਗਏ ਉਹਨਾਂ ਗੱਲਾਂ ਨੂੰ ਇਹ ਘਰ ਸਾਥ ਦੇ ਬਿਲਕੁਲ ਸਾਹਮਣੇ ਐ ਸੱਤ ਵਿੱਚ ਹੁਣ ਵੀ ਸਾਰਾ ਦਿਨ ਲੋਕ ਬੈਠੇ ਰਹਿੰਦੇ ਐ ਗਰਮੀ ਦੀ ਰੁੱਤ ਵਿੱਚ ਪਿੱਪਲ ਦੀ ਛਾਂ ਥੱਲੇ ਤਖਤ ਪੋਸ਼ ਉੱਤੇ ਸਾਰਾ ਦਿਨ ਉਹ ਤਾਸ਼ ਖੇਡਦੇ ਰਹਿੰਦੇ ਐ ਸਰਦੀਆਂ 'ਚ ਦੋਵੇਂ ਤਖਤ ਪੋਸ਼ ਪਿੱਪਲ ਥੱਲੇ ਹਿੱਲ ਕੇ ਚੁਗਾਨ ਵਿੱਚ ਆ ਡੈਂਦੇ ਐ ਚੁਬਾਰੇ ਦੀਆਂ ਪੌੜੀਆਂ ਤੋਂ ਪਿੱਪਲ ਤਖਤ ਪੋਸ਼ ਤੇ ਚੁਗਾਨ ਸਭ ਕੁਝ ਦਿਸਦਾ ਹੈ ੜਕੇ ੜਕੇ ਇੱਕ ਦਿਨ ਸੱਤ ਵਿੱਚਲੇ ਤਖਤ ਪੋਸ਼ ਉੱਤੇ ਉਹ ਇਕੱਲਾ ਹੀ ਬੈਠਾ ਸੀ ਸਿਆਲ ਦੀ ਰੁੱਤ ਸੀ ਉਹ ਇਸ ਤੋਂ ਬਾਰੇ ਦੀਆਂ ਪੌੜੀਆਂ ਵੱਲ ਵੇਖ ਰਿਹਾ ਸੀ ਤੇ ਮੈਂ ਪੌੜੀਆਂ ਉਤਰ ਰਹੀ ਸੀ ਪੌੜੀਆਂ ਉਤਰਦੀ ਨੇ ਮੈਂ ਆਪਣੇ ਗੁੱਤ ਛਾਤੀ ਤੋਂ ਚੁੱਕ ਕੇ ਮੋਢੇ ਉੱਤੋਂ ਦੀ ਪਿੱਠ ਵੱਲ ਕੁਝ ਇਸ ਤਰੀਕੇ ਨਾਲ ਝੰਜਕ ਕੇ ਛੁੱਟੀ ਕਿਉਂ ਹੱਸ ਪਿਆ ਸੀ ਮੈਂ ਵੀ ਮੁਸਕਰਾ ਪਈ ਸੀ ਫਿਰ ਮੈਂ ਆਪਣੇ ਸਿਰ ਉੱਤੋਂ ਦੀ ਹੱਥ ਕੁਝ ਇਸ ਤਰੀਕੇ ਨਾਲ ਫੇਰਿਆ ਸੀ ਜਿਹਦਾ ਮਤਲਬ ਹੁੰਦਾ ਹੈ ਸ਼ਾਇਦ ਸਤਿ ਸ੍ਰੀ ਅਕਾਲ ਫਿਰ ਤਾਂ ਉਹਨੂੰ ਜਿਵੇਂ ਕੋਈ ਕਮਲ ਹੀ ਉੱਠ ਖੜਿਆ ਸਕੂਲਨ ਛੁੱਟੀ ਹੁੰਦੀ ਉਹ ਆ ਕੇ ਸਾਥ ਜੀ ਤਖਤ ਪੋਸ਼ ਉੱਤੇ ਬੈਠ ਜਾਂਦਾ। ਨਾ ਉਹਨੂੰ ਕੋਲ ਬੈਠਾ ਕੋਈ ਦਿਸਦਾ, ਨਾ ਕੋਲ ਦੀ ਤੁਰਿਆ ਜਾਂਦਾ ਕੋਈ। ਮੁੱਤਰ-ਮੁੱਤਰ ਵੇਸ ਚੁਬਾਰੇ ਦੀਆਂ ਪੌੜੀਆਂ ਵੱਲ ਵੇਖਦਾ ਰਹਿੰਦਾ। ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ। ਮੈਂ ਨਾ ਫਿਰ ਉਸ ਵੱਲ ਸਵਾਰ ਕੇ ਝਾਕਦੀ, ਨਾ ਹੀ ਉਹਨੂੰ ਕੋਈ ਇਸ਼ਾਰਾ ਕਰਦੀ, ਨਾ ਹੀ ਉਹਦੇ ਇਸ਼ਾਰੇ ਦਾ ਕੋਈ ਜਵਾਬ ਦਿੰਦੀ। ਉਹ ਆਪਣੀਆਂ ਹਥੇਲੀਆਂ ਵਿਚਾਲੇ ਇੱਕ ਕਾਨੇ ਦੀ ਪੂਣੀ ਜੀ ਵਟਦਾ ਰਹਿੰਦਾ। ਜਦ ਮੈਂ ਚੁਬਾਰੇ ਚ ਆਉਂਦੀ ਸਾਥਵਲ ਸਧਾਰਨ ਜਿਆ ਚਾਕੀ ਤੋਂ ਕਾਨੀ ਸਣੀ ਦੋਵੇਂ ਹੱਥ ਜੋੜ ਕੇ ਆਪਣੇ ਮੱਥੇ ਨੂੰ ਲਾ ਦਿੰਦਾ ਵੇਲ ਮਿਲੀ ਤੋਂ ਪਿਛਲੇ ਪੈਰ ਕੋਠੇ ਉੱਤੇ ਬੈਠੀ ਮੈਂ ਚਾਦਰ ਕੱਢਦੀ ਹੁੰਦੀ ਜਸਰਾਣਾ ਕੱਢਦੀ ਹੁੰਦੀ ਉਹ ਆਪਣੇ ਕੋਠੇ ਉੱਤੋਂ ਖੜਾ ਬਾਹਾਂ ਖੜੀਆਂ ਕਰਕੇ ਮੈਨੂੰ ਇਸ਼ਾਰੇ ਕਰਦਾ ਰਹਿੰਦਾ ਨਾ ਕਿਸੇ ਨੂੰ ਦੇਖਦਾ ਨਾ ਕਿਸੇ ਤੋਂ ਸੰਗਦਾ ਮੈਨੂੰ ਲੱਗਦਾ ਵੀ ਉਹ ਸਕੂਲ ਵੀ ਘਟ ਵੱਧ ਹੀ ਜਾਂਦਾ ਸਦਿਆਂ ਸਦਿਆਂ ਬਾੜੇ 'ਚ ਮੈਂ ਪਾਥੀਆਂ ਪੱਥਨ ਜਾਂਦੀ ਪਤਾ ਨਹੀਂ ਉਹ ਕਿਧਰੋਂ ਆ ਜਾਂਦਾ ਦੂਰੋਂ ਆਉਂਦੇ ਨੂੰ ਦੇਖ ਕੇ ਮੈਂ ਸਮਝਦੀ ਅੱਜ ਜ਼ਰੂਰ ਕੋਈ ਘਾਰਾ ਬੀਜੇਗਾ ਪਰ ਉਹ ਮੇਰੇ ਕੋਲ ਦੀ ਚੁੱਪ ਕਰਕੇ ਲੰਘ ਜਾਂਦਾ ਮਾੜਾ ਜਿਹਾ ਪੈਰ ਮਲਦਾ ਬਸ ਕੁਝ ਮੂੰਹੋਂ ਨਾ ਬੋਲਦਾ ਮੈਂ ਸੁੱਖ ਦਾ ਸਾਹ ਲੈਂਦੀ ਜਦ ਕਦੇ ਮੈਂ ਚੁਬਾਰੇ ਸਾਹਮਣੇ ਖੜ ਜਾਂਦੀ ਸਾਥਵਲ ਝਾਕੀ ਤੋ ਤਖਤ ਪੋਸ਼ ਤੋਂ ਉੱਠ ਖੜਾ ਹੁੰਦਾ ਮੇਰੇ ਵੱਲ ਇਸ਼ਾਰਾ ਕਰਦਾ ਜਿਹਦਾ ਮਤਲਬ ਹੁੰਦਾ ਸ਼ਾਇਦ بیا ਚਲੀਏ ਬਾਹਰ ਨੂੰ ਮੈਂ ਪਰ ਕਿਸੇ ਵੀ ਇਸ਼ਾਰੇ ਦਾ ਜਵਾਬ ਨਾ ਦਿੰਦੀ ਮੇਰਾ ਹੱਥ ਹੀ ਨਹੀਂ ਸੀ ਉੱਠਦਾ ਅਸਲ 'ਚ ਮੈਂ ਉਹਦਾ ਖਹਿੜਾ ਚ ਮੈਂ ਉਹ ਤੋ ਖੜਾ ਚ ਡਾਉਣਾ ਚਾਹੁੰਦੀ ਸੀ ਉਹ ਤਾਂ ਜਿਵੇਂ ਹੱਥ ਧੋ ਕੇ ਮੇਰੇ ਮਗਰ ਹੀ ਪੈ ਗਿਆ ਸੀ ਇਸ ਤਰ੍ਹਾਂ ਵੀ ਕੋਈ ਕਰਦਾ ਹੁੰਦਾ ਹੈ ਉਹਨੇ ਕਿਤੇ ਸੁਣ ਲਿਆ ਸੀ ਵੀ ਮੈਂ ਪੰਜ ਮਾਤਾ ਪੜ ਕੇ ਹੱਟੀ ਹੋਈਆਂ ਸਾਡੇ ਗਵਾਂ ਚ ਛੇਵੀਂ ਜਮਾਤ ਚ ਪੜਦੀ ਇੱਕ ਕੁੜੀ ਦੇ ਹੱਥੋਂ ਨੇ ਮੈਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰਤੀਆਂ ਮੈਂ ਕਦੇ ਵੀ ਚਿੱਠੀ ਦਾ ਜਵਾਬ ਨਹੀਂ ਸੀ ਦਿੱਤਾ ਪਰ ਉਹ ਫਿਰ ਚਿੱਠੀ ਲਿਖ ਕੇ ਭੇਜ ਦਿੰਦਾ ਉਹਨਾਂ ਚਿੱਠੀਆਂ 'ਚ ਕੀ ਲਿਖਿਆ ਹੁੰਦਾ ਸੀ ਇਹ ਮੈਨੂੰ ਯਾਦ ਨਹੀਂ ਉਹਨਾਂ 'ਚ ਕਦੇ-ਕਦੇ ਕਵਿਤਾ ਦਾ ਕੋਈ ਟੋਟਾ ਵੀ ਹੁੰਦਾ ਜਦੇ ਬੋਲ ਹੁਣ ਮੈਨੂੰ ਯਾਦ ਨਹੀਂ ਕਿੰਨੀ ਦੇਹ ਤੋੜਦਾ ਹੁੰਦਾ ਮੈਂ ਉਹਨੂੰ ਕਿੰਨਾ ਦੁਖੀ ਕਰਦੀ ਸੀ ਮੈਂ ਉਹਦੀ ਕਿਸੇ ਵੀ ਗੱਲ ਨੂੰ ਨਹੀਂ ਸੀ ਗੋਲਦੀ ਉਦੋਂ ਮੈਨੂੰ ਉਸਤੇ ਹਾਸੇ ਆਉਂਦੀ ਪਰ ਹੁਣ ਮੈਨੂੰ ਉਹ ਦਿਨ ਯਾਦ ਕਰਕੇ ਉਸ ਉੱਤੇ ਤਰਸ ਆਉਂਦਾ ਮੈਂ ਤਾਂ ਹਾਸੇ ਮਜ਼ਾਕ 'ਚ ਐਵੇਂ ਉਹਨੂੰ ਛੇੜਿਆ ਸੀ ਪਰ ਉਹਨੇ ਤਾਂ ਕੋਈ ਝਾਲ ਹੀ ਸਹਿੜ ਲਿਆ ਸੀ ਮੈਨੂੰ ਛੇੜਿਆ ਕਾਹਨੂੰ ਸੀ ਉਹ ਤਾਂ ਉਸ ਦਿਨ ਮੇਰੇ ਦਿਲ ਚ ਇੱਕ ਬਾਲਚਾ ਉੱਠਿਆ ਸੀ ਤੇ ਉਸ ਚੰਦਰੇ ਨੇ ਕਾਹਨੂੰ ਐਵੇਂ ਦੇਹ ਨੂੰ ਰੋਗ ਲਾ ਲਿਆ ਸੀ ਹੁਣ ਮੈਂ ਸੋਚਦੀ ਆ ਉਹ ਮੇਰਾ ਹੀ ਗੁਨਾਹ ਸੀ ਜਿਹੜਾ ਮੈਂ ਉਹਨੂੰ ਇੰਨਾ ਤੜਫਾਇਆ ਸੀ ਅਜੋ ਗੁਨਾਹ ਉਸ ਕੋਲੋਂ ਬਖਸ਼ਾਉਣਾ ਚਾਹੁੰਦੀ ਆ ਪਰ ਗੱਲ ਕਿਵੇਂ ਕਰਾਂ ਮਾਮਾ ਜੀ ਬਾਰੋਂ ਨਹੀਂ ਆਇਆ ਲਾਲੀ ਚ ਬਾਰੇ ਚ ਬੈਠਾ ਤੇ ਟ੍ਰਾਂਜਿਸਟਰ ਸੁਣ ਰਿਹਾ ਮਾਮੀ ਨੇ ਕਾੜਨੀ ਚ ਦੁੱਧ ਵਧਾਇਆ ਇੱਕ ਵੱਡੇ ਸਾਰੇ ਗਲਾਸ ਵਿੱਚ ਦੁੱਧ ਪਾਇਆ ਫਿਰ ਗਿਰਵੇ ਦੁੱਧ ਚ ਖੰਡ ਦੀ ਲੱਪ ਪਾਤੀ ਕਰਚੀ ਦੀ ਡੰਡੀ ਨਾਲ ਖੰਡ ਕੋਲਦੀ ਤੇ ਉਹ ਗਲਾਸ ਉਹਨੇ ਮੈਨੂੰ ਫੜਾ ਕੇ ਕਿਹਾ ਜਾਂ ਉੱਤੇ ਜਾ ਸਰਪੰਚ ਨੂੰ ਫੜਾਇਆ ਇਹ ਕਹਿ ਕੇ ਮੰਮੀ ਨੇ ਆਪਣਾ ਥੱਲੜਾ ਬੁੱਲ ਦੰਦਾ ਚ ਟੁੱਕ ਲਿਆ ਮੇਰੇ ਵੱਲ ਉਪਰੀ ਨਿਗਾਹ ਨਾਲ ਚੱਕੀ ਐ ਥੜਕਦੀਆਂ ਲੱਤਾਂ ਨਾਲ ਪੌੜੀਆਂ ਚੜ ਕੇ ਮੈਂ ਚੁਬਾਰੇ ਚ ਜਾਨੀ ਆ ਉਸ ਕੋਲ ਪਏ ਮੇਜ਼ ਉੱਤੇ ਗਲਾਸ ਧਰ ਦਿੰਨੀ ਆ ਮੂੰਹ ਕੁਝ ਨਹੀਂ ਬੋਲਦੀ ਉਹ ਵੀ ਨਹੀਂ ਬੋਲਦਾ ਚੁੱਪ ਕਰਕੇ ਛੱਤ ਵੱਲ ਝਾਕਦਾ ਰਹਿੰਦਾ ਟਰਾਂਜਿਸਟਰ ਦਾ ਸਵਿਚ ਬੰਦ ਕਰ ਦਿੰਨੀ ਆ ਕਹਿੰਦੀ ਆ ਦੁੱਧ ਪੀ ਲੈ ਵੀਰਾ ਉਨੇ ਨੀਵੀਂ ਪਾ ਕੇ ਗਲਾਸ ਨੂੰ ਹੱਥ ਪਾ ਲਿਆ ਤੇ ਇੱਕ ਖੁੰਝੇ ਵੱਲ ਮੂੰਹ ਕਰਕੇ ਘੁੱਟਾਂ ਭਰਨ ਲੱਗ ਪਿਆ ਮੈਂ ਥੱਲੇ ਆ ਗਈ ਟਰਾਂਜਿਸਟਰ ਦਾ ਗਾਣਾ ਫੇਰ ਉੱਚਾ ਹੋ ਗਿਆ ਮਾਮਾ ਬਾਹਰੋਂ ਆ ਗਿਆ ਉਹ ਕਾਫੀ ਚਿਰ ਕੋਈ ਗੱਲ ਕਰਦੇ ਰਹਿੰਦੇ ਐ ਮੂੰਹ ਨਿਹਰਾ ਹੋ ਗਿਆ ਉਹ ਚਾਰੇ ਤੋਂ ਥੱਲੇ ਉਤਰਦਾ ਫਿਰ ਘਰ ਨੂੰ ਜਾਣ ਲੱਗਦਾ ਹੈ ਮਾਮੇ ਦੀਆਂ ਲੱਤਾਂ ਨਾਲ ਮੇਰਾ ਵੱਡਾ ਮੁੰਡਾ ਚਿੰਬੜ ਜਾਂਦਾ ਹੈ ਪੰਜੀ ਲੈਣ ਲਈ ਰਿਆੜ ਕਰਦਾ ਮਾਮਾ ਉਹਨੂੰ ਦੱਸਦਾ ਹੈ ਵੀ ਇਹ ਬੀਬੋ ਦਾ ਵੱਡਾ ਕੱਕ ਹੈ ਉਹਨੇ 5 ਰੁਪਏ ਜੀਬ ਚੋਂ ਕੱਢੇ ਐ ਮੁੰਡੇ ਦੀ ਜੀਬ ਚ ਪਾਤੇ ਮੱਲੂ ਮੱਲੀ ਪਾਤੇ ਮਾਮਾ ਨਾ ਨਾ ਕਰਦਾ ਪਰ ਉਹ ਦੀ ਗੱਲ ਨਹੀਂ ਸੁਣਦਾ ਤੇ ਨੀਵੀ ਪਾ ਕੇ ਬਾਹਰ ਟੱਪ ਜਾਂਦਾ ਧੰਨਵਾਦ